पंजाब विच लोहड़ी दे त्यौहार नूं पतंगबाजी करन दा शौक रखण वाले लोकां विच काफ़ी उत्साह देखण नूं मिलिया। खासकर माझा दे इलाके अमृतसर, गुरदासपुर ते बटाला विच मुख तौर ते लोहड़ी वाले दिन पतंगबाजी मुख तौर ते एक रवायत वजों हुंदी है। ते जिथे प्रशासन वल्लों सिंथेटिक डोर दे खिलाफ पाबंदी लगाई गई है अते लोकां नूं इस डोर दी वरतों ना करन दी अपील कीती गई सी, उत्थे ही पीढ़ियां तों पतंगबाजी दा शौक रखण वाले लोकां दा कहना है कि जिथे ओह ऑर्डर ते पतंगां तैयार करवाउंदे ने उत्थे ही धागे तों तैयार मांझे दी डोर नाल ही पतंगबाजी करदे ने अते अगे भी इह रवायत जारी रहेगी ते लोकां नूं भी इही संदेश दित्ता गया। पंजाब ਬ੍ਰਿਜਭੂਸ਼ਣ ਜੀ, ਲੋਹੜੀ ਦਾ ਤਿਉਹਾਰ ਹੈ, ਬਹੁਤ ਧੂਮਧਾਮ ਨਾਲ ਅਸੀਂ ਮਨਾਉਂਦੇ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਬਹੁਤ ਸ਼ੌਂਕ ਸੀ। ਸਾਡੇ ਮਤਲਬ ਪਿੰਡ ਹੈਗਾ ਸਾਡਾ ਘੋਨੇਵਾਲ, ਸਾਡੇ ਬਿਲਕੁਲ ਹੀ ਸਰਹੰਦ ਦੇ ਨਾਲ ਹੀ ਪੈਂਦਾ। ਸ਼ੌਂਕ ਅੱਗੋਂ ਸਾਡੇ ਬੱਚਿਆਂ ਨੂੰ ਵੀ ਸ਼ੌਂਕ, ਅੱਗੋਂ ਸਾਡੇ ਪੋਤਰਿਆਂ ਨੂੰ ਵੀ ਸ਼ੌਂਕ ਬਹੁਤ ਜ਼ਿਆਦਾ। ਅਸੀਂ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ, ਹਰ ਸਾਨੂੰ ਬਹੁਤ ਸ਼ੌਂਕ ਹੈ ਇਹ ਚੀਜ਼। ਹਰ ਵਾਰੀ ਆਉਂਦਾ, ਇਸ ਤੋਂ ਵੱਧ ਮਨਾਉਂਦੇ ਹਾਂ ਜੀ, ਹਰ ਤੋਂ ਵੱਧ। ਰਿਸ਼ਤੇਦਾਰ ਵੀ ਆਉਂਦੇ ਨੇ ਬੜੀ ਬੜੀ ਦੂਰੋਂ, ਬੜਾ ਸ਼ੌਂਕ ਹੈ ਉਹਨਾਂ ਨੂੰ ਕਿ ਲੋਹੜੀ ਅਸੀਂ ਵੇਖੀਏ, ਬਟਾਲੇ ਦੀ ਵੇਖੀਏ। ਹਾਂ ਬਸ ਬਸ ਉਹ ਸ਼ੌਂਕ ਹੀ ਮਤਲਬ ਸਾਡੇ ਵੱਲ ਵੇਖ ਕੇ ਉਹਨਾਂ ਦੇ, ਸਾਨੂੰ ਉਹਨਾਂ ਵੱਲ ਵੇਖ ਕੇ ਸ਼ੌਂਕ ਪਿਆ ਆਪਣੇ ਬਜ਼ੁਰਗਾਂ ਵੱਲ, ਅੱਗੋਂ ਮਤਲਬ ਸਾਡੇ ਵੱਲ ਵੇਖ ਕੇ ਸਾਡੇ ਸਾਰੇ ਬੱਚਿਆਂ ਨੂੰ ਵੀ ਪੈ ਗਿਆ, ਅੱਗੋਂ ਫਿਰ ਸਾਡੇ ਪੋਤਿਆਂ ਨੂੰ ਵੀ ਪੈ ਗਿਆ। ਇਸ ਕਰਕੇ ਅਸੀਂ ਸ਼ੌਂਕ ਬਹੁਤ ਮਤਲਬ ਰੱਖਦੇ ਹਾਂ ਇਹਦੇ ਵਿੱਚ। ਮੈਂ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਲੋਹੜੀ ਜਿਹੜੀ ਹੈ ਬਹੁਤ ਧੂਮਧਾਮ ਨਾਲ ਮਨਾਉਂਦੇ ਹਾਂ। ਸਾਡੇ ਘਰ ਸਾਰੇ ਬਹੁਤ ਦੂਰ ਦੂਰ ਤੋਂ ਰਿਸ਼ਤੇਦਾਰ ਆਉਂਦੇ ਨੇ, ਜਿਵੇਂ ਦਿੱਲੀ ਤੋਂ ਇਹ ਆਏ ਹੋਏ ਨੇ, ਹੋਰ ਵੀ ਇੱਥੋਂ ਦੇ ਵੀ ਸਾਰੇ ਆਉਂਦੇ ਨੇ, ਬਟਾਲੇ ਦੇ ਵੀ, ਅੰਮ੍ਰਿਤਸਰ। ਸਾਡੇ ਘਰ ਹੀ ਸਭ ਤੋਂ ਜ਼ਿਆਦਾ ਰੌਣਕ ਲੱਗਦੀ ਹੈ, ਇਸ ਕਰਕੇ ਸਾਰੇ ਇੱਥੇ ਹੀ ਆਉਂਦੇ ਨੇ, ਸਾਡੇ ਕੋਲ ਹੀ ਲੋਹੜੀ ਮਨਾਉਂਦੇ। ਪਤਾ ਲੱਗਾ ਵੀ ਤੁਹਾਡੇ ਜਿਹੜੇ ਦਿੱਲੀ ਤੋਂ ਪਰੌਣੇ ਆਉਂਦੇ, ਰਿਸ਼ਤੇਦਾਰ ਆਉਂਦੇ, ਹਾਂਜੀ, ਉਹ ਵੀ ਲੋਹੜੀ ਦੇ ਚੇਚਾ ਇੱਥੇ? ਹਾਂਜੀ, ਲੋਹੜੀ 'ਤੇ ਆਉਂਦੇ ਨੇ, ਲੋਹੜੀ ਦੇਖਣੀ ਬਟਾਲੇ ਆਉਂਦੇ? ਹਾਂਜੀ ਹਾਂਜੀ। ਕਿੰਨੀਆਂ ਕਿੰਨੀਆਂ ਬੜੀਆਂ ਗੁੜੀਆਂ ਟਾਂਗਦੇ ਆਪਾਂ? 12 ਫੁੱਟ, 10 ਫੁੱਟ, 7 ਫੁੱਟ, ਬਾਕੀ ਛੋਟੀਆਂ ਸਾਰੀਆਂ ਹੀ ਉਡਾਉਂਦੇ ਹਾਂ। ਵਿਸ਼ਾਲ ਜੀ, ਲੋਹੜੀ ਦਾ ਤਿਉਹਾਰ ਆ, ਤੁਸੀਂ ਬੜੇ ਬੜੇ ਵੱਡੇ ਗੁੱਡੇ ਟੰਗਾਂ ਬਣਾਈਆਂ, ਕੀ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਤੁਹਾਡਾ? ਹਾਂਜੀ, ਬਚਪਨ ਤੋਂ ਸ਼ੌਂਕ ਹੈ। ਪਹਿਲਾਂ ਪਾਪਾ ਨਹੀਂ ਚੜਾਉਂਦੇ ਸੀ, ਹੁਣ ਪਾਪਾ ਨੇ ਸਾਨੂੰ ਅੱਗੇ ਕੀਤਾ, ਤਾਂ ਪਾਪਾ ਨੇ ਲੈ ਕੇ ਦੇ ਦਿੰਦਾ ਸਾਨੂੰ, ਅਸੀਂ ਵਧਾਈ ਜਾਂਦੇ ਹਾਂ। ਤੁਸੀਂ ਗੁੱਡੇ ਵੀ ਬਹੁਤ ਵੱਡੇ ਬਣਾਏ ਆਪਣੇ ਨਾਮ ਦੇ ਗੁੱਡੇ? ਉਹ ਸ਼ੌਂਕ ਹੈ ਬਚਪਨ ਤੋਂ ਹੀ, ਬੱਚਿਆਂ ਦਾ ਨਾਮ, ਪਹਿਲਾਂ ਨਾਮ ਮੈਂ ਲਿਖਾਉਂਦਾ ਸੀ ਬਚਪਨ ਤੋਂ, ਹੁਣ ਨਾਮ ਬੱਚਿਆਂ ਦੇ ਲਿਖਾਈ ਦੇ ਆਪਣੇ। ਇਹਦਾ ਮਤਲਬ ਅਗਲੀ ਪੀੜ੍ਹੀ ਵੀ ਤੁਹਾਡੀ ਫਿਰ ਗੁੱਡੀਆਂ ਡਾਏਗੀ? ਵੇਖੋ ਬੱਚੇ ਲੱਗੇ ਨੇ ਚਾਰੋਂ ਪਾਸੇ, ਧਿਆਨ ਦਿਓ, ਬੱਚੇ ਲੱਗੇ ਨੇ ਚਾਰੋਂ ਪਾਸੇ ਗੁੱਡੇ। ਹਾਂਜੀ, ਕਿਸ ਤਰ੍ਹਾਂ ਚੜ੍ਹਾਏ ਜਾਣਗੇ? ਚਾਈਨਾ ਚਾਈਨਾ ਡੋਰ ਤਾਂ ਅਸੀਂ ਖਿਲਾਫ਼ ਹੈਗੇ, ਸਪੈਸ਼ਲ ਵੀ ਖੁਦ ਖਿਲਾਫ਼ ਹੈ, ਚਾਈਨਾ ਡੋਰ ਇੱਥੇ ਨਾ ਆਏ। ਅਸੀਂ ਖੁਦ ਆਪਣੇ ਬਰੇਲੀ ਤੋਂ, ਅੰਮ੍ਰਿਤਸਰ ਤੋਂ ਸਪੈਸ਼ਲ ਆਪਣੇ ਬੰਦੇ ਲਵਾ ਕੇ, ਜਿਹੜੇ ਕਿ ਸਾਡੇ ਬਚਪਨ ਤੋਂ ਪਹਿਲਾਂ ਬਣਾਉਂਦੇ ਸੀ, ਉਹਨਾਂ ਕੋਲ ਹੀ ਸਪੈਸ਼ਲ, ਉਹਨਾਂ ਦੇ ਅੱਗੋਂ ਪੀੜ੍ਹੀ ਹੈਗੀ ਦੀ ਆ, ਉਹਨਾਂ ਕੋਲ ਸਪੈਸ਼ਲ ਇਹ ਡੋਰ ਬਣਵਾਉਂਦੇ ਹਾਂ ਅਸੀਂ। ਇਹ ਡੋਰ 'ਤੇ ਅਸੀਂ ਹਰ ਪਤੰਗ ਵਧਾਉਂਦੇ ਹਾਂ। ਜਿੰਨੇ ਗੁੱਡੇ ਚੜ੍ਹਾ ਰਹੇ ਟੋਟਲ ਜੀ? ਟੋਟਲ ਇਸ ਡੋਰ ਤੋਂ ਮੇਰੇ ਖਿਆਲ 50 ਪਿੰਨੇ ਹੋਣੇ ਸਾਡੇ ਕੋਲ ਵਾਲੇ, ਜਿਹੜੇ ਕਿ ਅਸੀਂ ਵਧਾਉਂਦੇ ਹਾਂ। ਫੁੱਲ ਇੰਜੋਏ ਦਾ ਸਾਨੂੰ, ਲੇਡੀਜ਼ ਵੀ ਨਾਲ ਲੱਗੀ ਦੀਆਂ, ਨਾਲ ਆਪਣੀ ਫੈਮਲੀ, ਕੋਈ ਉਪਰਾ ਨਹੀਂ ਹੈਗਾ, ਸਾਰੀਆਂ ਆਪਣੀਆਂ ਫੈਮਲੀਆਂ ਇੰਜੋਏ ਕਰਨੇ ਲੋਹੜੀ 'ਤੇ। ਭਾਅ ਜੀ ਕੀ ਨਾਮ ਤੁਹਾਡਾ? ਵੀਰੇ